करते हुए ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਸ ਦਿਨ ਦੀਆਂ, ਇਸ ਉਰਸ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿੰਨੀਆਂ ਭੈਣਾਂ, ਜਿੰਨੇ ਛੋਟੇ ਵੱਡੇ, ਸਾਰਿਆਂ ਨੂੰ ਬਹੁਤ ਜੀ ਆਇਆਂ ਨੂੰ। ਮੇਰੇ ਤੋਂ ਪਹਿਲਾਂ ਸਾਡੇ ਚਾਚਾ ਜੀ, ਉਹਨਾਂ ਲਈ ਜ਼ੋਰਦਾਰ ਤਾੜੀਆਂ ਮਾਰਿਓ। ਬਹੁਤ ਸੁਰੀਲਾ ਗਾ ਕੇ ਗਏ ਜੀ, ਉਸ ਤੋਂ ਬਾਅਦ ਗਾਣਾ ਵੈਸੇ ਰਹਿ ਨਹੀਂ ਜਾਂਦਾ, ਪਰ ਫਿਰ ਵੀ ਬਹੁਤ ਸੁਰੀਲੀਆਂ ਰੂਹਾਂ ਨੇ। ਔਰ ਅੱਜ ਸਰਕਾਰ ਦੇ ਦਿਨ 'ਤੇ ਜਿੰਨੀਆਂ ਸੰਗਤਾਂ ਇਕੱਠੀਆਂ ਹੋਈਆਂ, ਅੱਜ ਖੈਰਾਤਾਂ ਦਾ ਦਿਨ ਹੈ, ਅੱਜ ਸਾਡੇ ਮੰਗਣ ਦਾ ਦਿਨ ਹੈ। ਜਿਹੜੇ ਨੇ ਨੇਚਾ ਨਾਲ ਸੱਚੇ ਦਿਲੋਂ ਮੰਗ ਲਿਆ ਉਹਨੂੰ ਮਿਲ ਜਾਣਾ। ਭਾਜੀ ਆ ਜਾਓ, ਆ ਜਾਓ, ਜ਼ੋਰਦਾਰ ਤਾੜੀਆਂ ਦੋਨੇ ਆ ਜਾਓ, ਬਾਜੀ ਤੂੰ ਵੀ ਆ ਜਾਓ, ਆ ਜਾਓ ਬਾਜੀ। ਸਾਡੇ ਵੱਡੇ ਭਾਈ ਨੇ, ਵਾਹ 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 ਵਾਹ, ਰਾਈਟਰ ਸਾਹਿਬ ਵੀ ਸਾਡੇ ਨਾਲ, ਅਮਰੀਕ ਹਮਰਾਜ, ਬਹੁਤ 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 ਹੁਣ ਤੱਕ ਗਾਣਾ ਜਿੰਦਾ ਹੈ ਅਤੇ ਜਿੰਦਾ ਹੀ ਰਹੇਗਾ। ਵਾਰੀ ਜ਼ੋਰਦਾਰ ਤਾੜੀ ਸੋਹਣ ਵਾਰੀ। ਅਤੇ ਸਾਡੇ ਕਰਤਾ ਧਰਤਾ ਨੇ ਬਾਈ, ਅਤੇ ਛੋਟੇ ਭਰਾ ਦਾ ਗਾਣਾ ਰਿਲੀਜ਼ ਕਰ ਰਹੇ ਹਾਂ ਹੁਣ, ਕਵਰ ਸੌਂਗ ਖਵਾਜਾ, ਕਿਉਂਕਿ ਇਹਨਾਂ ਨੇ ਤਾਂ ਪਹਿਲਾਂ ਹੀ ਆਸ਼ੀਰਵਾਦ ਵਾਲਾ ਕੰਮ ਕਰ ਲਿਆ, ਪਹਿਲੇ ਖਵਾਜਾ ਸਾਹਿਬ ਦਾ ਗਾਣਾ ਕਰਤਾ ਅਤੇ ਹੁਣ ਤਾਂ ਬਾਹਰ ਹੀ ਨੇ ਜੋ ਕੁਛ ਕਿਹਾ। ਅਗਲਾ ਗਾਣਾ ਇਹ ਮੇਰਾ ਕਰ ਰਿਹਾ, ਮੈਂ ਲਿਖ ਰਿਹਾ, ਮੈਨੂੰ ਇਹਨੇ ਮੌਕਾ ਦਿੱਤਾ, ਸਥਾਈ ਸੁਣਾ ਕੇ ਜਾਵਾਂਗੇ, ਵਾਜੇ ਵੀ ਸੁਣਾਉਂਗਾ, ਠੀਕ ਹੈ। ਸਭ ਤੋਂ ਪਹਿਲਾਂ ਕੁਛ ਗੱਲਾਂ ਤੁਹਾਨੂੰ ਜਿਵੇਂ ਜਿਵੇਂ ਪਸੰਦ ਆਈਆਂ, ਹਾਂਜੀ ਮਿਹਰਬਾਨੀ। ਦਾਰਾ ਸਾਊਂਡ, ਇੱਕ ਵਾਰੀ ਜ਼ੋਰਦਾਰ ਤਾੜੀਆਂ ਦਾਰਾ ਸਾਊਂਡ ਲਈ। ਸਾਡੀ ਆਪਣੀ ਸਾਊਂਡ ਆ, ਸਾਡੀ ਘਰ ਦੀ ਸਾਊਂਡ ਆ, ਸਾਡਾ ਭਰਾ ਹੈ ਸਨੀ, ਤਾਂ ਬਾਹਰ ਚਲਾ ਗਿਆ ਨਾ। ਭਾਜੀ ਵੀ ਆਏ ਨੇ, ਭਾਜੀ ਕੀ ਹਾਲ ਚਾਲ, ਠੀਕ ਹੋ? ਬਹੁਤ ਮਿਹਰਬਾਨੀ। ਜ਼ੋਰਦਾਰ ਤਾੜੀਆਂ ਭਰਾ ਮਜੀਸ਼ਨ, ਇਹਨਾਂ ਨੇ ਸਾਥ ਦਿੱਤਾ, ਥੈਂਕ ਯੂ। ਦੇਖ ਕੀ ਕਹਿਣਾ, ਹੋ ਬਾਬਾ ਤੇਰੇ ਰੰਗ ਵਸਾਈਆਂ, ਬਾਬਾ ਤੇਰੇ ਰੰਗ, ਬਾਬਾ
गल सुन वाली है की कहना तारा बाजी ओ कईयां नूं तू रोट ना दे ने कईयां किस्मत खोटी दे ने ਸਾਡੇ ਮਾਂ ਜੋ ਬਾਬਾ ਕਾਲੀਨਾਥ ਜੀ ਐਵਾਂ ਜੱਟਾਂ ਦਰਬਾਰ ਤੋਂ ਪਹੁੰਚੇ ਨੇ ਜੀ ਆਇਆਂ ਜੀ ਵੈਲਕਮ ਇੱਕ ਵਾਰ ਤਾੜੀ ਪਾ ਦਿਓ ਸੰਤਾਂ ਦੇ ਆਣ ਤੇ ਮਿਹਰਬਾਨੀ ਸ਼ੁਕਰੀਆ ਆਓ ਜੀ ਇੱਕ ਮਿੰਟ ਸਾਈਂ ਜੀ ਸਾਡੀ ਸਰਕਾਰ ਪਹੁੰਚੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਕੇ ਸਵਾਗਤ ਕਰੋ ਸਰਕਾਰ ਦਾ ਕਿਉਂਕਿ ਭਾਗਾਂ ਵਾਲੀ ਧਰਤੀ ਉਹਦੇ ਤੇ ਜਿੱਥੇ ਫਕੀਰ ਆ ਜਾਂਦੇ ਤੇ ਇਹਨਾਂ ਦੀ ਆਪਸ 'ਚ ਕੀ ਕਹਿਣਾ ਹਾਂਜੀ ਓ ਵਾਹ ਤੇਰੇ ਰੰਗ ਵਿਖਾਈਆਂ ਵਾਹ ਤੇਰੇ किस्मत खोटी एक विचारण वाली गल है कि साईं कदी किसी नूं किस्मत खोटी नहीं दे सकते ਉਹ ਆਪਣੇ ਆਪ ਬੰਦੇ ਦੇ ਆਪਣੇ ਕਰਮ ਨੇ ਉਹ ਕੀ ਕਰਮ ਨੇ ਜਦੋਂ ਬੰਦਾ ਆਪਣੇ ਪੀਰ ਤੋਂ ਆਪਣੇ ਸਾਈਂ ਤੋਂ ਆਪਣੇ ਮੁਰਸ਼ਦ ਤੋਂ ਮੁਨਕਰ ਹੁੰਦਾ ਉਦੋਂ ਕਰਮ ਮਾੜੇ ਹੁੰਦੇ ਨਹੀਂ ਤੇ ਸਾਈਂ ਹਮੇਸ਼ਾ ਰੰਗ ਲਾਉਂਦੇ ਆ ਉਹ ਕੀ ਲਾਉਂਦੇ ਹੋ ਕਈਆਂ ਨੂੰ ਤੂੰ ਰੋਟੀ ਦੇ ਮੈਂ ਕਈਆਂ ਕਿਸਮਤ
ਸ਼ੰਕਰ ਬਾਜੀ ਕੀ ਕਿਹਾ ਕਿਤੇ ਪੈਰਿਆਂ ਵੰਡਦਾ ਰੌਲਾ ਕੋਈ ਨਾ ਇੱਥੇ ਪਿਆਰ ਨਿਭਾਉਂਦਾ ਕੋਈ ਨਾ ਇੱਥੇ ਪਿਆਰ ਨਿਭਾਉਂਦਾ ਕੋਈ ਨਾ ਇੱਥੇ ਪਿਆਰ ਨਿਭਾਉਂਦਾ ਕਿਤੇ ਪੈਰਿਆਂ ਵੰਡਦਾ ਰੌਲਾ ਕੋਈ ਨਾ ਇੱਥੇ ਪਿਆਰ ਨਿਭਾਉਂਦਾ ਕੋਈ ਨਾ ਇੱਥੇ ਪਿਆਰ ਨਿਭਾਉਂਦਾ ਕੋਈ ਨਾ ਇੱਥੇ ਪਿਆਰ ਨਿਭਾਉਂਦਾ ਭਾਈਆਂ ਵਿੱਚ ਦਰਾਰਾਂ ਪਈਆਂ ਰਿਸ਼ਤੇ ਨਾਤੇ ਯਾਰ ਨਿਭਾਉਂਦਾ ਰਿਸ਼ਤੇ ਨਾਤੇ ਯਾਰ ਨਿਭਾਉਂਦਾ ਰਿਸ਼ਤੇ ਨਾਤੇ ਯਾਰ ਨਿਭਾਉਂਦਾ ਸਮੇਂ ਦੀ ਕੋਈ ਉਡੀਕ ਕਰ ਰਿਹਾ ਹੈ ਸਾਈਆਂ ਕਰਕੇ ਸਰਕਾਰਾਂ ਕਰਕੇ ਹੋਇਆ ਮੇਰੀ ਕੋਈ ਪਹਿਚਾਣ ਨਹੀਂ ਸੀ ਤੂੰ ਸ਼ਾਲੀ ਖਾਨ ਬਣਾਇਆ ਤੁਹਾਨੂੰ ਚੰਗਾ ਲੱਗਿਆ ਗੱਲ ਚੰਗੀ ਲੱਗੀ ਤਾਂ ਤਾੜੀ ਜ਼ਰੂਰ ਮਾਰਿਆ ਕਰੋ ਕਿਉਂਕਿ ਹੌਸਲਾ ਹੋ ਜਾਂਦਾ ਗਰਮੀ ਇੰਨੀ ਹੈ ਤਾੜੀ ਹੌਸਲਾ ਬਣਿਆ ਰਹਿੰਦਾ ਆਪਣੇ ਗਾਣੇ ਕਿਹਨੇ ਕਿਹਨੇ ਸੁਣਿਆ ਰੱਬ ਜਾਣੇ ਕਮਲੀ ਜੀ ਨੀਲੇ ਨੈਣ ਨਾਮ ਤੇਰਾ ਕਿਹਨੇ ਕਿਹਨੇ ਸੁਣਿਆ ਜ਼ਰਾ ਦੌਰ ਤਾੜੀ ਮਾਰ ਕੇ ਦੱਸੋ ਧੀਰੇ ਧੀਰੇ ਸੁਣਿਆ ਭੈਣਾਂ ਨੇ ਤਾਂ ਜ਼ਰੂਰ ਸੁਣਿਆ ਹੋਣਾ ਮੇਰੇ ਘਰ ਦੇ ਕਿਉਂਕਿ ਭੈਣਾਂ ਘਰੇ ਟੀ ਵੀ ਦੇਖ ਲੈਂਦੀਆਂ ਸਾਡੇ ਵਰਗੇ ਕੰਮ ਧੰਦਿਆਂ ਤੋਂ ਬਹੁਤ ਮਿਹਰਬਾਨੀ ਗਾਣੇ ਭਾਜੀ ਤੁਹਾਡੇ ਕਰਕੇ ਤੁਹਾਡੇ ਕਰਕੇ ਤੁਹਾਡੇ ਕਰਕੇ ਹੀ ਆ ਤੁਹਾਡੇ ਕਰਕੇ ਸਾਰੇ ਤੂੰ ਨਾ ਜਾਣੇ ਤੇਰੇ ਲਈ ਤਰਸੇ ਚੰਗੀਆਂ ਹੋਈਆਂ ਨਾ ਤੈਨੂੰ ਵੇ ਚੰਗੀਆਂ ਹੋਈਆਂ ਨਾ ਤੈਨੂੰ ਮੈਂ ਰੱਖਣਾ ਨਹੀਂ ਤੇਰੇ ਨਾਲ ਨਾਤਾ ਰੱਬ ਜਾਣੇ ਮੈਂ ਨਾ ਜਾਣਾ ਫੇਰ ਕਦੋਂ ਹੋਣਗੀਆਂ ਮੁਲਾਕਾਤਾਂ ਰੱਬ ਜਾਣੇ ਮੈਂ ਨਾ ਜਾਣਾ ਫੇਰ ਕਦੋਂ ਹੋਣਗੀਆਂ ਮੁਲਾਕਾਤਾਂ ਰੱਬ ਜਾਣੇ ਮੈਂ ਨਾ ਜਾਣਾ ਫੇਰ ਕਦੋਂ ਹੋਣਗੀਆਂ ਮੁਲਾਕਾਤਾਂ
ਕਾਲੀ ਚੀਜ਼ ਜੀ ਨੇ ਗਾਣਾ ਸੁਣਿਆ ਕਹਿੰਦੇ ਸਾਨੂੰ ਰੱਬ ਜਾਣੇ ਰੱਬ ਜਾਣੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਵੱਡੇ ਭਾਜੀ ਜ਼ੋਰਦਾਰ ਤਾੜੀਆਂ ਮਾਸ਼ਾਅੱਲਾ ਤੁਹਾਡੀ ਬੜੀ ਮਿਹਰਬਾਨੀ ਜਿੰਨਾ ਕਰਕੇ ਮੈਂ ਤੁਹਾਡੇ ਰੂਬਰੂ ਹੋਇਆ ਤੁਹਾਡੇ ਦਰਸ਼ਨ ਹੋਏ ਭਾਈ ਮਾਸ਼ਾਅੱਲਾ ਜੀ ਉਹਨਾਂ ਨੂੰ ਜੀ ਆਇਆ ਕਮਲੀ ਕਮਲੀ ਕਿਹਨੇ ਕਿਹਨੇ ਸੁਣਿਆ ਕਮਲੀ ਸੌਂਗ ਇੱਕ ਵਾਰੀ ਜ਼ੋਰਦਾਰ ਤਾੜੀਆਂ ਥੈਂਕ ਯੂ ਸਾਡਾ ਸੋਮਾ ਵਾਲਾ ਥੈਂਕ ਯੂ ਸਾਡਾ ਰੱਬ ਰਾਜ਼ੀ
ਅਸੀਂ ਹਾਰ ਗਏ ਤਾਂ ਕੀ ਹੋਇਆ ਤੇਰੀ ਜਿੱਤ ਦੀ ਖੁਸ਼ੀ ਮਨਾ ਲਾਂਗੇ ਜੇ ਤੈਨੂੰ ਇਸ ਜਨਮ ਵਿੱਚ ਨਹੀਂ ਪਾਇਆ ਅਗਲੇ ਜਨਮ ਵਿੱਚ ਪਾਇਆ ਉਹ ਵਗੀਆਂ ਹਵਾਵਾਂ ਭਾਵੇਂ ਬੜੀਆਂ ਅਜੇ ਨੇੜੇ ਨੇੜੇ ਆ ਜਾਓ ਬਾਈ ਸਾਰੇ ਖੜੇ ਗਾਨੂੰ ਇੰਨੇ ਸੋਹਣੇ ਸੋਹਣੇ ਪੱਖੇ ਲੱਗੇ ਬਹਿ ਜਾਓ ਮਜ਼ਾ ਆਊਗਾ ਤੁਹਾਨੂੰ ਤੁਹਾਨੂੰ ਸੁਣਾਉਣ ਦਾ ਮਜ਼ਾ ਆ ਜਾਂਦਾ ਆ ਜਾਓ ਬੈਠ ਜਾਓ ਆ ਜਾਓ ਮੇਰੇ ਭਰਾ ਉਹ ਵਗੀਆਂ ਹਵਾਵਾਂ ਭਾਵੇਂ ਬੜੀਆਂ ਪਰਿਓ ਦੇ ਜਿਹੀ ਹਨੇਰੀ ਕੋਈ ਚੁੱਲੀ ਵੀ ਨਹੀਂ ਪਰਿਓ ਦੇ ਜਿਹੀ ਹਨੇਰੀ ਕੋਈ ਚੁੱਲੀ ਵੀ ਨਹੀਂ ਸਾਈਂ ਜੀ ਸ਼ੇਵਾ ਦੇ ਨਵਾਂ ਗਾਣਾ ਆਇਆ ਤੁਹਾਡੇ ਕਰਕੇ ਅੱਜ ਇੱਥੇ ਖੜੇ ਹਾਂ ਤੁਹਾਡਾ ਕਰਮ ਹੈ ਤੁਹਾਡਾ ਆਸ਼ੀਰਵਾਦ ਹੈ ਸਾਰੀ ਸੰਗਤ ਦਾ ਆਸ਼ੀਰਵਾਦ ਹੈ ਜੋ ਤੁਸੀਂ ਲੋਕ ਤਾਂ ਸਾਡਾ ਵਜੂਦ ਹੈ ਨਹੀਂ ਤੇ ਨਹੀਂ ਉਹ ਵਗੀਆਂ ਹਵਾਵਾਂ ਭਾਵੇਂ ਬੜੀਆਂ ਉਹ ਵਗੀਆਂ ਹਵਾਵਾਂ ਭਾਵੇਂ ਬੜੀਆਂ ਪਰ ਉਹਦੇ ਜਿਹੀ ਹਨੇਰੀ ਕੋਈ ਚੁੱਲੀ ਨਹੀਂ ਪਰ ਉਹਦੇ ਜਿਹੀ ਹਨੇਰੀ ਕੋਈ ਚੁੱਲੀ ਉਹ ਹੋਰ ਨਾਲ ਦਿਲ ਕਿਵੇਂ ਲਾ ਲਈਏ ਪਹਿਲਾਂ ਵਾਲੀ ਖਮੜੀ ਚ ਚੁੱਲੀ ਵੀ ਨਹੀਂ ਛੱਡ ਕੇ ਗਈ ਸੀ ਹਾਲੇ ਹੱਥਿਆਂ ਛੱਡ ਕੇ ਗਈ ਸੀ ਹਾਲੇ ਹੱਥਿਆਂ ਉਹਦੇ ਬਿਨਾਂ ਗੱਲ ਕੋਈ ਖੁੱਲੀ ਵੀ ਨਹੀਂ ਉਹ ਨਾਲ ਦਿਲ ਕਿਵੇਂ ਲਾ ਲਈਏ ਪਹਿਲਾਂ ਵਾਲੀ ਕਮੜੀ ਜੀ ਖੁੱਲੀ ਵੀ ਉਹ ਨਾਲ ਦਿਲ ਕਿਵੇਂ ਲਾ ਲਈਏ ਪਹਿਲਾਂ ਵਾਲੀ ਕਮੜੀ ਜੀ ਖੁੱਲੀ ਨਹੀਂ
ਸਾਡੇ ਚੱਲੀ ਨਹੀਂ ਹੋ ਨਾਲ ਦੀ ਲਿਖੀ ਮਿਲਾਂਗੇ ਪਹਿਲਾਂ ਵਾਲੀ ਕਮੜੀ ਜੀ ਖੁੱਲੀ ਨਹੀਂ ਹੋ ਨਾਲ ਦੀ ਲਿਖੀ ਮਿਲਾਂਗੇ ਪਹਿਲਾਂ ਵਾਲੀ ਕਮੜੀ ਜੀ ਖੁੱਲੀ ਨਹੀਂ ਉਹ ਵਿਗੜ ਗਈ ਏ ਥੋੜੇ ਦਿਨਾਂ ਤੋਂ ਵਿਗੜ ਗਈ ਏ ਥੋੜੇ ਦਿਨਾਂ ਤੋਂ ਵਿਗੜ ਗਈ ਏ ਤਾੜੀਆਂ ਮਾਰ ਦਿਓ ਜਿਹਨੂੰ ਅੱਛਾ ਲੱਗਿਆ ਬਹੁਤ ਬਹੁਤ ਦਿਲੋਂ ਥੈਂਕਸ ਤੁਹਾਡਾ ਦੋ ਮਿੰਟ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਬੜੇ ਹਿੱਕ ਦੇ ਜੋਰ ਨਾਲ ਇਹ ਗਾਣੇ ਵਾਲਾ ਸਾਡਾ ਛੋਟਾ ਭਰਾ ਸ਼ਾਹ ਅਲੀ ਸ਼ਾਹ ਅਲੀ ਦੇ ਗਾਣ ਨਾਲੋਂ ਤੁਸੀਂ ਬਹੁਤ ਸ਼ਾਇਦ ਘੱਟ ਜਾਣਦੇ ਹੋ ਇਹ ਰਾਈਟਰ ਬਹੁਤ ਵਧੀਆ ਰਾਈਟਰ ਹੈ ਇਸ ਦੇ ਲਿਖੇ ਹੋਏ ਗਾਣੇ ਸੁਪਰ ਡੁਪਰ ਹਿੱਟ ਹੋਏ ਸੋ ਸਾਰੇ ਡੱਗਰ ਦਾ ਬਹੁਤ ਬਹੁਤ ਧੰਨਵਾਦ ਸਾਈਆਂ ਦੀ ਗੱਲ ਤੋਂ ਖਤਮ ਕਰਾਂਗੇ ਕਰਮ ਕਮਾਇਆ ਸੀਨੇ ਨਾਲ ਲਾਇਆ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਵਿਆਹ ਹੋ ਜਾਂਦਾ ਸੁਹਾਗਣ ਹੋਣ ਦਾ ਮਤਲਬ ਹੈ ਕਿ ਸਰਕਾਰਾਂ ਦੇ ਹੋ ਜਾਣ ਜਿਹੜੇ ਉਹ ਸੁਹਾਗਣ ਹੋ ਜਾਂਦੇ ਉਹ ਚਾਹੇ ਫੀਮੇਲ ਹੈ ਕੋਈ ਮੇਲ ਹੈ ਲੇਡੀਜ਼ ਹੈ ਜੈਂਟਸ ਹੈ ਬੰਦਾ ਜਾਂ ਬੁੜੀ ਹੈ ਜਾਂ ਭੈਣਾਂ ਜਾਂ ਫੀਮੇਲ ਸੁਹਾਗਣ ਦਾ ਮਤਲਬ ਇਹੀ ਹੈ ਕਿ ਜਿਹੜਾ ਸਰਕਾਰਾਂ ਦਾ ਹੋ ਜਾਂਦਾ ਉਹ ਸੁਹਾਗਣ ਹੋ ਜਾਂਦਾ ਉਹਦੇ ਸਿਰ ਤੇ ਉਹਨੂੰ ਪਾਲਣ ਹਾਰ ਉਹਦਾ ਮਿਲ ਜਾਂਦਾ ਉਹਨੂੰ ਸੁਹਾਗਣ ਕਹਿੰਦੇ ਮੈਂ ਸਦਕੇ ਮੈਂ ਸਦ ਗਈ ਕਰਮਾ ਮਾਈ ਮੈਂ ਸਦ ਗਈ
ਜੇ ਜੇ ਤੁਹਾਨੂੰ ਥੋੜ੍ਹਾ ਬਹੁਤ ਅੱਛਾ ਲੱਗਿਆ ਤਾਂ ਜ਼ਰੂਰ ਤਾੜੀ ਮਾਰਿਓ। ਅਗਲੇ ਗਾਣੇ ਆਪਣੇ ਆ ਰਹੇ ਨੇ, ਥੋੜ੍ਹੇ ਦਿਨਾਂ ਤੱਕ ਗਾਣਾ ਰਿਲੀਜ਼ ਹੋ ਰਿਹਾ, ਮਾਸ਼ਾ ਦੀ ਬਾਜੀ ਦਾ ਰੋ ਰੋ ਕੇ, ਉਹ ਵੀ ਸਾਰੇ ਸਪੋਰਟ ਕਰਿਓ। ਬਾਕੀ ਗਾਣੇ ਨੂੰ ਤੁਸੀਂ ਸਪੋਰਟ ਕੀਤਾ, ਇਸ ਵਾਰ ਬਹੁਤ ਵੱਡੇ ਬਜਟ 'ਤੇ ਗਾਣਾ ਰਿਲੀਜ਼ ਕੀਤਾ ਅਤੇ ਸਾਈਆਂ ਦੀ ਦੁਆ ਹੋਏਗੀ, ਤੁਹਾਡਾ ਸਾਰਿਆਂ ਦਾ ਪਿਆਰ, ਤੁਹਾਡਾ ਸਾਰਿਆਂ ਦੀ ਇਸ ਬਲੈਸਿੰਗ ਦੇ ਨਾਲ ਗਾਣਾ ਸਕਸੈਸ ਹੋਵੇ ਤੁਸੀਂ ਦੁਆ ਦਿਓ। ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜੇ ਤੁਹਾਨੂੰ ਥੋੜ੍ਹਾ ਬਹੁਤ ਅੱਛਾ ਲੱਗਿਆ। ਥੈਂਕ ਯੂ। ਵਿੱਚ ਪਹੁੰਚ ਗਏ ਨੇ, ਜਲਦੀ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ ਸ਼ਾਹ ਅਲੀ ਜੀ। ਆਪਣੀ ਬਹੁਤ ਵਧੀਆ ਹਾਜ਼ਰੀ ਲਵਾ ਕੇ ਗਏ ਨੇ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਗਾਣਾ ਰਿਲੀਜ਼ ਕੀਤਾ ਅੱਜ ਬਾਜ਼ਿਦ ਵਾਲਾ ਖਵਾਜਾ ਮੇਰੇ ਖਵਾਜਾ, ਉਹਦਾ ਸਥਾਈ ਅੰਤਰਾ ਸ਼ਾਹ ਅਲੀ ਜੀ, ਦੁਆਵਾਂ ਬੰਦੇ ਨੂੰ ਉਤਾਰ ਦਿੰਦੇ ਆ, ਨਿਮਰਤਾ ਵੀ ਉਤਾਰ ਦਿੰਦੇ ਆ, ਨਿਮਰਤਾ ਵੀ ਰੱਖੀ, ਦੁਆਵਾਂ ਵੀ ਲਈ, ਸਾਰੀਆਂ ਚੀਜ਼ਾਂ ਆਪੇ ਆ ਜਾਣਗੀਆਂ। ਜੇ ਅੱਛਾ ਲੱਗਿਆ ਤਾਂ ਬਾਅਦ 'ਚ ਤਾੜੀ ਮਾਰਿਓ, ਪਹਿਲਾਂ ਰਹਿਣ ਦਿਓ, ਪੈਣੀਆਂ ਪੈਣ ਜਾਂਦੀਆਂ ਰਹੋ। ਉਹ ਸੜਦਾ ਜ਼ਮਾਨਾ ਸੜ ਲੈਣ ਦੇ, ਵੇ ਤੂੰ ਮੇਰੇ ਲਈ ਖਾਸ ਸਜਣਾ, ਵੇ ਤੂੰ ਮੇਰੇ ਲਈ ਖਾਸ ਸਜਣਾ। ਗੱਲ ਠੀਕ ਲੱਗੀ ਤੁਹਾਨੂੰ? ਮੈਨੂੰ ਲੱਗਦਾ ਵਧੀਆ ਨਹੀਂ ਲੱਗੀ ਜਿਹੜੀ ਤਾੜੀ ਨਹੀਂ ਮਾਰੀ। ਸੜਦਾ ਜ਼ਮਾਨਾ ਸੜ ਲੈਣ ਦੇ, ਵੇ ਤੂੰ ਮੇਰੇ ਲਈ ਖਾਸ ਸਜਣਾ, ਮੰਗਿਆ ਖੁਦਾ ਤੋਂ ਸਭ ਮਿਲਿਆ, ਮੰਗਿਆ ਖੁਦਾ ਤੋਂ ਸਭ ਮਿਲਿਆ, ਹੁਣ ਰਹਿ ਗਈ ਨਾ ਕੋਈ ਆਸ ਸਜਣਾ। ਸੜਦਾ ਜ਼ਮਾਨਾ ਸੜ ਲੈਣ ਦੇ, ਵੇ ਤੂੰ ਮੇਰੇ ਲਈ ਖਾਸ ਸਜਣਾ। ਅਗਲਾ ਗਾਣਾ ਜਲਦੀ ਪੂਰਾ ਹੋ ਜਾਏ, ਤਾੜੀ ਮਾਰ ਕੇ ਦੁਆ ਦੇ ਦਿਓ, ਕਿਉਂਕਿ ਅੱਜ ਆਉਂਦੇ ਹੋਏ ਨੇ ਲਿਖਿਆ ਵਾਜਦੇ ਲਈ। ਸੋਹਣ ਬਾਈ ਨੇ ਮੈਨੂੰ ਕਹਿੰਦਾ ਮੈਂ ਤੈਨੂੰ ਕੁੱਟਣਾ ਬਹੁਤ ਹੈ ਜੀ, ਤੂੰ ਗਾਣਾ ਨੂੰ ਲਿਖਿਆ, ਤੋ ਕੁੱਟ ਦੇ ਮਾਰੇ ਮੈਂ ਇੰਨਾ ਕੋਈ ਗਾਣਾ ਲਿਖ ਲਿਆ। ਅਗਲਾ ਗਾਣਾ ਹੋਈ ਮੈਂ ਪੂਰਾ ਜ਼ਰੂਰ ਕਰਾਂਗਾ। ਆ ਜਾ ਤੂੰ ਵੀ ਗਾ ਕੇ ਦਿਖਾ ਦੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਕਲਮ ਦੇ ਮਾਲਕ ਸ਼ਾਹ ਅਲੀ ਜੀ, ਔਰ ਉਹਨੇ ਵਧੀਆ ਗਾਉਂਦੇ ਵੀ ਹੈ।